ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ 10 ਨਿਊਜ਼ ਟੀਵੀ ਮੈਂ ਹਾਂ ਪ੍ਰਗਟ ਸਿੰਘ ਰਾਜੇਆਣਾ ਪੰਜਾਬ ਦੀ ਸਿਆਸਤ ਵਿੱਚ ਵਿਲੱਖਣ ਸਥਾਨ ਰੱਖਣ ਵਾਲਾ ਵਿਧਾਨ ਸਭਾ ਹਲਕਾ ਬਾਗਾ ਪ੍ਰਾਣਾ ਹਲਕਾ ਬਾਗਾ ਪ੍ਰਾਣਾ ਦੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਜਿਹੜੇ ਪਿਛਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਹਲਕਾ ਬਾਗਾ ਪ੍ਰਾਣਾ ਤੋਂ ਕੁਝ ਹੀ ਵੋਟਾਂ ਤੇ ਪਿੱਛੇ ਰਹਿ ਗਏ ਸਨ ਤੇ ਆਪਣਾ ਵਿਲੱਖਣ ਸਥਾਨ ਰੱਖਦੇ ਨੇ ਬਾਗਾ ਪ੍ਰਾਣਾ ਦੀ ਰਾਜਨੀਤੀ ਵਿੱਚ ਅਸੀਂ ਗੱਲ ਕਰ ਰਹੇ ਹਾਂ ਜਥੇਦਾਰ ਤੀਰਤ ਸਿੰਘ ਮਾਲਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਮੋਗਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਤੇ ਬਹੁਤ ਸਾਰੀਆਂ ਅਸੀਂ ਉਹਨਾਂ ਨਾਲ ਗੱਲਾਂ ਕਰਨ ਆਏ ਹਾਂ ਸਿਆਸਤ ਬਾਰੇ ਸੱਭਿਆਚਾਰ ਬਾਰੇ ਸਮਾਜ ਬਾਰੇ ਬਹੁਤ ਸਾਰੀਆਂ ਗੱਲਾਂ ਜਥੇਦਾਰ ਤੀਰਤ ਸਿੰਘ ਮਾਲਾ ਜੀ ਦੀ ਜਵਾਨੀ ਤੁਹਾਡੇ ਨਾਲ ਸਾਂਝ ਪਵਾਨ ਲੱਗੀਆਂ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਪੰਜਾਬ ਟੈਨ ਨਿਊਜ਼ ਚੈਨਲ ਤੇ ਰਾਹੀ ਵੇਖ ਰਹੇ ਦਰਸ਼ਕਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਿਆਸਤ ਦੀ ਜੋ ਗੱਲ ਤੁਸੀਂ ਕਰ ਰਹੇ ਕਿ 2022 ਦਾ ਇਲੈਕਸ਼ਨ ਆ ਜਿਹੜਾ ਬਹੁਤ ਹੀ ਨੇੜੇ ਆ ਰਿਹਾ ਉਹਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਕਿ ਘਰ-ਘਰ ਨੌਕਰੀ ਦੇਵਾਂਗੇ ਅਤੇ ਮੋਬਾਈਲ ਫੋਨ ਦੇਵਾਂਗੇ ਤੇ ਜਿਹੜੇ ਘਰ ਦੇ ਵਿੱਚ ਨੌਜਵਾਨ ਨੌਕਰੀ ਵਾਲਾ ਨਹੀਂ ਹੋਊਗਾ 2500 ਰੁਪਏ ਪੱਤਾ ਦਿਆ ਕਰਾਂਗੇ ਇਹ ਨੌਜਵਾਨਾਂ ਨਾਲ ਵਾਅਦੇ ਕੀਤੇ ਸੀ ਫਿਰ ਉਹਨਾਂ ਨੇ ਕਿਸਾਨਾਂ ਦੇ ਨਾਲ ਵੀ ਬਹੁਤ ਵੱਡੇ ਵਾਅਦੇ ਕੀਤੇ ਕਿ ਪੰਜਾਬ ਦਾ ਕਰਜ਼ਾ ਪਲਾਂ ਆੜਤੀਆਂ ਦਾ ਕਰਜ਼ਾ ਹੋਵੇ ਪੜਾ ਨੈਸ਼ਨਲ ਬੈਂਕਾਂ ਦਾ ਕਰਜ਼ਾ ਹੋਵੇ ਪੜਾ ਸੈਂਟਰ ਕੋਵਿਡ ਬੈਂਕਾਂ ਦਾ ਕਰਜ਼ਾ ਹੋਵੇ ਪਲਸ ਸੁਸਾਇਟੀਆਂ ਦਾ ਕਰਜ਼ਾ ਹੋਵੇ 90000 ਕਰੋੜ ਰੁਪਈਆ ਉਸ ਟਾਈਮ ਬੰਦਾ ਸੀ ਕਰਜ਼ਾ ਉਹ ਕੈਪਟਨ ਬਰਿੰਦਰ ਸਿੰਘ ਜੀ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌ ਖਾਧੀ ਸੀ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਕਿ ਮੈਂ ਸਾਰੇ ਦਾ ਸਾਰਾ ਕਰਜ਼ਾ ਮੈਂ ਦੇਊਗਾ ਮੇਰੀ ਸਰਕਾਰ ਦੇਊਗੀ ਇਹ ਤੁਸੀਂ ਆਮ ਵੇਖਦੇ ਆ ਨਿਊ ਚੈਨਲਾਂ ਤੇ ਜੋ ਚੱਲ ਰਿਹਾ ਆ ਅੱਜਕੱਲ ਤੇ ਇਹ ਵੀ ਕਿਹਾ ਸੀ ਕਿ ਮੈਂ 4 ਹਫਤਿਆਂ ਦੇ ਵਿੱਚ ਨਸ਼ਾ ਬੰਦ ਕਰਦੂ 4 ਹਫਤਿਆਂ ਦਾ ਮਤਲਬ ਹੈ 30 ਦਿਨ ਜੀ ਤੇ ਅੱਜ 1450 ਦਿਨ ਹੋ ਗਏ ਤੇ ਅੱਜ ਤੱਕ 1450 ਦਿਨਾਂ ਦੇ ਵਿੱਚ 30 ਦਿਨਾਂ ਦਾ ਵਾਅਦਾ ਕੀਤਾ ਸੀ ਤੇ 1450 ਦਿਨਾਂ ਦੇ ਵਿੱਚ ਨਸ਼ਾ ਬੰਦ ਨਹੀਂ ਹੋਇਆ ਜੀ ਵੱਡੇ ਪੱਧਰ ਤੇ ਨਸ਼ੇ ਦੀ ਸਮਗਲਨ ਜਿਹੜੀ ਹੋ ਰਹੀ ਹੈ ਉਹ ਕਾਂਗਰਸ ਦੇ ਜਿਹੜੇ ਐਮਐਲਏ ਕਾਂਗਰਸ ਦੇ ਮੰਤਰੀ ਕਾਂਗਰਸ ਦੇ ਪਿੰਡਾਂ ਦੇ ਵਰਕਰ ਸਰਪੰਚ ਪੰਚ ਉਹ ਕਰ ਰਿਹਾ ਹੈ ਸਭ ਤੋਂ ਵੱਡੀ ਬਲੈਕ ਹੈ ਜਿਹੜੀ ਅੱਜ ਸ਼ਰਾਬ ਦੀ ਹੋ ਰਹੀ ਹੈ ਹਰਿਆਣੇ ਦੀ ਸ਼ਰਾਬ ਪੰਜਾਬ ਵਿੱਚ ਵਿਕ ਰਹੀ ਹੈ ਹੋਰ ਚਿੱਟੇ ਵਗੈਰਾ ਵਰਗੀਆਂ ਲੰਬਤਾ ਜਿਹੜੀਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਚੁੰਮੜੀਆਂ ਬਹੁਤ ਵੱਡੀ ਪੱਦਰ ਦੇ ਵਿੱਚ ਨੌਜਵਾਨ ਆ ਜਿਹੜੇ ਨਸ਼ੇ ਦੀ ਪੇਟ ਚੜੇ ਤੇ ਕਰਜ਼ੇ ਦੀ ਪੇਟ ਚੜੇ ਕਿਸਾਨ ਆ ਜਿਹੜੇ ਉਹ ਕਰਜ਼ੇ ਦੀ ਪੇਟ ਚੜੇ ਨੌਜਵਾਨ ਜਿਹੜੇ ਨਸ਼ੇ ਦੀ ਪੇਟ ਚੜੇ ਤੁਸੀਂ ਸ਼ਰਾਬ ਦੀ ਗੱਲ ਕੀਤੀ ਹੈ ਤੇ ਸਰਕਾਰ ਦੇ ਕੁਝ ਐਮਐਲਏ ਦਾ ਵੀ ਜਿਹੜੀ 2 ਨੰਬਰ ਦੀ ਸ਼ਰਾਬ ਚ ਸੁਣਦੇ ਆ ਤੁਸੀਂ ਵੀ ਅਸੀਂ ਵੀ ਸਾਰੇ ਸੁਣਦੇ ਆ ਉਹਦੇ ਬਾਰੇ ਉਹ ਤਾਂ ਤੁਸੀਂ ਦੇਖ ਲਓ ਆਪਣੇ ਹਲਕੇ ਬਾਗੇਪੁਰਾਣੇ ਦੇ ਵਿੱਚ ਮੋਗੇ ਦੇ ਵਿੱਚ ਹੋਰ ਹਲਕੇ ਜਿਹੜੇ ਉਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਖਾਸਮ ਖਾਸ ਨੇ ਐਮਐਲਏਾਂ ਦੇ ਜਿਨ੍ਹਾਂ ਦੇ ਨਾਲ ਰਲ ਕੇ ਇਹਨਾਂ ਦਾ ਮਹੀਨਾ ਚੱਲਦਾ ਉਹਨਾਂ ਦੇ ਐਫਆਈਆਰ ਦਰਜ ਹੋਈਆਂ ਕਿਸੇ ਦੇ 100 ਪੇਟੀ ਦੀ ਹੋਈ ਆ ਕਿਸੇ ਦੇ 200 ਪੇਟੀ ਦੀ ਹੋਈ ਆ ਕਿਸੇ ਦੇ 20 ਪੇਟੀਆਂ ਦੀਆਂ ਹੋਈਆਂ ਪਰਚੇ ਦਰਜ ਹੋਏ ਆ ਉਹ ਤਾਂ ਕੋਈ ਲੁਕੀ ਛੁਪੀ ਗੱਲ ਨਹੀਂ ਸਾਰੇ ਦੇ ਸਾਰੇ ਐਮਐਲਏ ਇਸ ਗੱਲ ਦੇ ਵਿੱਚ ਲੱਗੇ ਆ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਬਹੁਤ ਸਸਤਾ ਰੇਤਾ ਸੀ ਜੀ ਅੱਜ ਇਹਨਾਂ ਦੇ ਐਮਐਲਏ ਦਾ ਮੰਤਰੀਆਂ ਦਾ ਹਿੱਸਾ ਹੋਣ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਟਰਾਲਾ ਉਦੋਂ 5000 ਦਾ ਸੀ ਅੱਜ 18-20000 ਦਾ ਤਿੰਨ ਗੁਣੇ ਜਿਹੜਾ ਰੇਤਾ ਦਾ ਜਾਂ ਬਜਰੀ ਦਾ ਰੇਟ ਵਧਿਆ ਉਦੋਂ ਨਾਲੋਂ ਅੱਜ 3 ਗੁਣੇ ਰੇਟ ਆ ਜਿਹੜਾ ਉੱਪਰ ਚਲਾ ਗਿਆ ਤੇ ਬੜਾ ਇਹਨਾਂ ਨੇ ਰੋਲਾ ਪਾਇਆ ਸੀ ਢੰਡੋਰਾ ਪਟਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਰੇਤਾ ਵਕੀ ਹੈ ਜੀ ਆ ਹੋਇਆ ਜੀ ਆ ਹੋਇਆ ਉਹ ਸਾਰੀਆਂ ਗੱਲਾਂ ਅੱਜ ਜਗ ਜਾਰ ਹੋਈਆਂ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਉਦੋਂ ਬਲੈਕ ਹੁੰਦੀ ਸੀ ਰੇਤਾ ਬਜਰੀ ਦੀ ਕਿ ਅੱਜ ਬਲੈਕ ਹੋ ਰਹੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਸੁਣ ਦੇ ਵਿੱਚ ਆਉਣੇ ਆਉਂਦੀਆਂ ਤੇ ਗਰੀਬ ਲੋਕਾਂ ਨੂੰ ਬਹੁਤ ਵੱਡਾ ਇਹਨਾਂ ਨੇ ਨਾਰਾ ਦਿੱਤਾ ਸੀ ਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਅਸੀਂ ਬਾਲ ਸਾਹਿਬ 2500 500 ਰੁਪਇਆ ਦਿੰਦੇ ਆ ਅਸੀਂ 2500 ਰੁਪਇਆ ਦਿਆ ਕਰਾਂਗੇ ਜੀ ਅੱਜ ਤੱਕ ਕਿਸੇ ਨੂੰ ਨਹੀਂ ਮਿਲੀ 2500 ਰੁਪਇਆ ਹੁਣ ਵੀ ਇਹਨਾਂ ਨੇ ਜਿਹੜਾ ਵਿਧਾਨ ਸਭਾ 'ਚ ਬਜਟ ਰੱਖਿਆ ਜਾਂ ਬਿੱਲ ਆਂਦਾ ਉਹ ਇਹ ਕਿਹਾ ਵੀ 1 ਜੁਲਾਈ ਤੋਂ ਅਸੀਂ ਕਰਾਂਗੇ 1 ਜੁਲਾਈ ਦਾ ਮਤਲਬ ਕਿ 2 ਮਹੀਨਾ ਬਾਅਦ ਚੋਣ ਜਬਤ ਲੱਗ ਜਾਣਾ ਦੇਣਾ ਕਿਸੇ ਨੂੰ ਕੁਝ ਨਹੀਂ ਸਿਰਫ ਗੱਲਾਂ ਕਰਦੀਆਂ ਇਸ ਕਰਕੇ ਸਭ ਤੋਂ ਵੱਡਾ ਠੂਠਾ ਦਾ ਜਿਹੜਾ ਪ੍ਰਧਾਨ ਆ ਪ੍ਰਸ਼ਾਂਤ <strong>ਕਿਸ਼ੋਰ</strong> ਜੀ ਉਹਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਸਲਾਹ ਕਰ ਲਾਇਆ ਸਲਾਹ ਕਰ ਕਿਉਂ ਲਾਇਆ ਉਹਦੇ ਮੁਤਾਬਕ ਹੀ ਜਿਹੜਾ ਬਜਟ ਪੇਸ਼ ਹੋਇਆ ਜੀ ਵਿਧਾਨ ਸਭਾ ਦੇ ਵਿੱਚ ਉਹਦੇ ਮੁਤਾਬਕ ਹੀ ਗਾਂਲ ਇਲੈਕਸ਼ਨ ਦੀ ਜਿਹੜੀ ਪਲਾਨ ਕੋ ਬਣਾਈ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਜੇ ਗਰੀਬ ਦੀ ਧੀ ਨੂੰ ਕਿਹਾ ਸੀ 52000 ਰੁਪਏ ਅਸੀਂ ਛਕਣ ਦੇਵਾਂਗੇ ਅਜੇ ਤੱਕ ਮਿਲਿਆ ਕਿਸੇ ਨੂੰ ਕਿਸੇ ਨੂੰ ਨਹੀਂ ਮਿਲਿਆ ਇਹ ਸਾਰੀਆਂ ਗੱਲਾਂ ਬਹੁਤ ਲੋਕਾਂ ਨੇ ਦੇਖ ਲਿਆ ਝੂਠ ਦੇ ਪਲੰਦੇ ਬਾਲ ਸਾਹ ਆਟਾ ਤੇ ਦਾਲ ਦਿੰਦੇ ਹੁੰਦੇ ਸੀ ਇਹ ਕਹਿੰਦੇ ਸੀ ਖੰਡ ਘੋਜਾ ਪੱਤੀ ਵੀ ਦਿਆ ਕਰਾਂਗੇ ਅਜੇ ਤੱਕ ਮਿਲਿਆ ਕਿਸੇ ਨੂੰ ਸਾਢੇ 4 ਸਾਲ ਹੋ ਗਏ ਕਿਸੇ ਨੂੰ ਨਹੀਂ ਮਿਲੀ ਬਹੁਤ ਗੱਲਾਂ ਜਿਹੜੀਆਂ ਕਰਨ ਵਾਲੀਆਂ ਜਿੰਨੇ ਵੀ ਝੂਠ ਇਹਨਾਂ ਨੇ ਮਾਰੇ ਰੱਜ ਕੇ ਉਹਦੇ ਚ 1% ਵੀ ਵਾਦਾ ਜਿਹੜਾ ਇਹਨਾਂ ਨੇ 100% ਤੇ ਉਹ ਪੂਰਾ ਨਹੀਂ ਕੀਤਾ 99% ਜਿਹੜੇ ਝੂਠਾਂ ਦਾ ਪਲੰਦਾ ਨਿਕਲਿਆ ਤੇ ਉਹ ਪੰਜਾਬ ਦੇ ਲੋਕ ਜਾਣ ਚੁੱਕੇ ਆ ਇਸ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਐਮਲਿਆ ਨੂੰ ਕਿ ਬਿਨਾ ਪੈਸੇ ਇਕੱਠੇ ਕਰਨ ਤੋਂ ਕੋਈ ਕੰਮ ਨਹੀਂ ਹੁੰਦਾ ਕੋਈ ਬਲਾ 57 ਦੀ ਦਰਖਾਸਤ ਹੈ ਉਹਦੇ 'ਚ ਵੀ 50 ਹਜ਼ਾਰ ਤੋਂ ਲੱਖ ਰੁਪਏ ਦਾ ਰੇਟ ਰੱਖਿਆ ਤਹਿਸੀਲਾਂ ਦੇ ਠੇਕੇ ਤੇ ਦਿੱਤੀਆਂ ਕੋਈ ਰਜਿਸਟਰੀ ਕਿਸੇ ਦੀ ਫਰੀ ਨਹੀਂ ਹੁੰਦੀ ਕਿਸੇ ਦਾ ਇੰਤਕਾਲ ਫਰੀ ਨਹੀਂ ਹੁੰਦਾ ਜੇ ਕੋਈ ਥਾਣੇ ਦੇ ਦਰਬਾਰੇ ਜਾਂਦਾ ਤਾਂ ਉਹਦੇ ਕੋਲੋਂ ਲੱਖਾਂ ਦੀ ਤਰ੍ਹਾਂ ਪੈਸੇ ਲੈ ਜਾਂਦੇ ਪੜਾ ਕਿਸੇ ਦਾ ਕੋਈ ਨਾਰਮਲ ਕੰਮ ਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਦਾਸੂਈ ਪਿੰਡ ਦਾ ਸਰਪੰਚ ਰਹਾ ਸਰਪੰਚ ਤੋਂ ਹੀ ਪਰਮਾਤਮਾ ਨੇ ਕਿਰਪਾ ਕੀਤੀ ਪਾਰਟੀ ਨੇ ਕਿਰਪਾ ਕੀਤੀ ਪਿੰਡ ਦੇ ਲੋਕਾਂ ਨੇ ਕਿਰਪਾ ਕੀਤੀ ਸਾਡਾ ਇੱਕ ਨਗਰ ਇਹੋ ਜਿਹਾ ਜਿੱਥੇ ਬਹੁਤ ਸਮਾਂ ਹੋ ਗਿਆ ਇੱਥੇ ਪੰਚਾਇਤ ਦਾ ਇਲੈਕਸ਼ਨ ਹੋਏ ਨੂੰ ਸੋਸਾਇਟੀ ਦਾ ਇਲੈਕਸ਼ਨ ਹੋਏ ਨੂੰ ਹਮੇਸ਼ਾ ਹੀ ਸਰਬਸੰਮਤੀ ਹੁੰਦੀ ਰਹੀ 4000 ਵੋਟ ਦਾ ਪਿੰਡ ਹੈ ਤੇ ਮੈਂ ਇਹ ਸਮਝਦਾ ਕਿ ਪਿੰਡ ਦੇ ਲੋਕਾਂ ਦਾ ਵੀ ਬਹੁਤ ਵੱਡਾ ਸਨਯੋਗ ਆਸ ਦੇ ਨਾਲ ਮੇਰੇ ਨਾਲ ਖਾਸ ਕਰਕੇ ਮੇਰੇ ਜਿੰਨੇ ਪੁਰਾਣੇ ਮੇਰੇ ਨਾਲ ਤੁਰੇ ਹੋਏ ਸਾਡੇ ਪਾਰਟੀ ਦੇ ਵਰਕਰ ਮੇਰੇ ਦੋਸਤ ਅੱਜ ਤੱਕ ਕੋਈ ਪਿੱਛੇ ਨਹੀਂ ਹਟਿਆ ਕਿਉਂਕਿ ਹਮੇਸ਼ਾ ਕੰਮ ਨੂੰ ਤਰਜੀਹ ਦਿੱਤੀ ਜੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਮੈਂਬਰ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਰਹੇ ਇਥੋਂ ਜੀ ਉਦੋਂ ਤੋਂ ਲੈ ਕੇ 1996 24 ਸਾਲ ਹੋ ਗਏ 25 ਸਾਲ ਉਹਨਾਂ ਦੇ ਨਾਲ ਜੁੜਿਆ ਜਾਣੋ ਮੇਰਾ ਜਿਹੜਾ ਸ਼ਰੋਮਣੀ ਅਕਾਲੀ ਦਲ ਚ ਹੀ ਹੋਇਆ ਤੇ ਸ਼ਰੋਮਣੀ ਅਕਾਲੀ ਦਲ ਜੀ ਮਹਾਰਾਜ ਐਂਡ ਕਰਾਵੇ ਜੀ ਇਹ ਗੱਲਾਂ ਜਿਹੜੀਆਂ ਅੱਜ ਇੱਧਰ ਹੋ ਜਾਣਾ ਉੱਧਰ ਹੋ ਜਾਣਾ ਬੜੇ ਲੋਕਾਂ ਦੀ ਫਿਤਰਤ ਹੈ ਕਿ ਜਿੱਧਰ ਪਾਰਟੀ ਦੀ ਚੜ੍ਹਾਈ ਉੱਧਰ ਜਾ ਬੰਨਾ ਜੀ ਪਰ ਹਮੇਸ਼ਾ ਪਾਰਟੀ ਦਾ ਵਰਕਰ ਉਹ ਹੁੰਦਾ ਜਿਹੜਾ ਪਾਰਟੀ ਨਾਲ ਜੁੜਿਆ ਰਹੇ ਚੰਗੇ ਸਮੇ ਮਾੜੇ ਸਮੇ ਆਉਂਦੇ ਰਹਿੰਦੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਲੈ ਲਓ ਤੁਸੀਂ ਇੱਥੇ ਰੈਲੀ ਵੀ ਕਰਕੇ ਗਏ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਫਲੌਪ ਰੈਲੀ ਹੋਈ ਹੈ। ਪੂਰੇ ਜ਼ਿਲ੍ਹੇ 'ਚ ਜੋ ਮੈਨੂੰ ਨਹੀਂ ਲੱਗਦਾ ਵੀ 2000 ਬੰਦਾ ਇਕੱਠਾ ਹੋਇਆ ਹੋਊਗਾ। ਪੂਰੇ ਮੋਗੇ ਜ਼ਿਲ੍ਹੇ 'ਚੋ ਪ੍ਰੋਪਰ ਦੂਰੋਂ ਬੰਦੇ ਲੈ ਕੇ ਇਕੱਠ ਕਰਨਾ ਇਕੱਠ ਵੀ ਜਿਹੜਾ ਇੱਕ ਹਲਕੇ ਜਿੰਨਾ ਹੋਇਆ। ਪਰ ਉਹ ਤਾਂ ਦਾਅਵਾ ਕਰਦੇ ਆ ਕਿ ਅਸੀਂ ਜਿਹੜੀ ਹੈ 2022 'ਚ ਸਰਕਾਰ ਆਪਦੀ ਬਣਾਉਣੀ ਹੈ। ਉਹਦਾ ਪਿਛਲੀ ਵਾਰ ਵੀ ਦਾਅਵਾ ਕਰਦੇ ਸੀ। ਜੀ। ਸੀ ਵੋਟ ਰੈਕ ਜਿਹਨੇ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਕਹੇ 100 ਸੀਟ ਜਿਹੜੀ ਆਮ ਆਦਮੀ ਪਾਰਟੀ ਨੂੰ ਦਿੱਤੀ ਸੀ। ਜੀ ਤੇ ਜਿੱਤੇ ਕਿੰਨੀਆਂ ਵੀ 20 ਸੀਟਾਂ ਜੀ ਐਤਕੀ ਵੀ ਉਹ ਹਾਲ ਹੈ ਐਤਕੀ ਮੈਂ ਵਾਅਦਾ ਨਾ ਕਹਿਣਾ ਕਿ 5 ਸੀਟਾਂ ਤੋਂ ਵੱਧ ਦੇ ਇਲ ਜਾ ਨਹੀਂ ਸਕਦੇ ਆਵਾਦੀ ਪਾਰਟੀ ਵਾਲੇ ਇਸ ਹਲਕੇ ਤੋਂ ਪਿਛਲੀ ਵਾਰ 2017 ਦੇ ਵਿੱਚ ਜੀ 42000 ਵੋਟ ਪਈ ਸੀ ਆਵਾਦੀ ਪਾਰਟੀ ਨੂੰ ਮੈਨੂੰ ਵੀ ਇੰਨੀ ਵੋਟ ਪਈ ਸੀ 49000 ਵੋਟ ਪਈ ਸੀ ਕਾਂਗਰਸ ਪਾਰਟੀ ਨੂੰ ਤੇ ਜਦੋਂ 2019 ਦਾ ਇਲੈਕਸ਼ਨ ਆਇਆ ਪਾਰਲੀਮੈਂਟ ਦਾ ਜੀ ਇੱਥੋਂ ਆਵਾਦੀ ਪਾਰਟੀ ਨੂੰ 11000 ਵੋਟ ਪਈ ਹੈ ਸਿਰਫ ਬਾਗੇਪਾਨੇ ਹਲਕੇ ਚੋਂ ਬਾਗੇਪਾਨੇ ਹਲਕੇ ਚੋਂ 11000 ਵੋਟ ਪਈ ਆ ਕਿੱਥੇ 42000 ਵੋਟ ਪਈ ਸੀ ਜੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੀ ਉਦੋਂ ਵੋਟ ਪਈ ਸੀ ਓਨੀ ਵੋਟ ਹੁਣ ਪਈ ਆ ਪਾਰਲੀਮੈਂਟ ਚ ਤੇ ਕਾਂਗਰਸ ਘਟ ਕੇ 500 ਦੀ ਲੀਡ ਤੇ ਆ ਗਈ ਜੀ 6500 ਲੀਡ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਅੱਪ ਕੀਤੀ ਉਹਦੇ ਚ ਸ਼ਹਿਰ ਦਾ ਵੀ ਮੈਂ ਧਰਵਾਦ ਕਰਨਾ ਚਾਹਣਾ ਕਿ 3500 ਲੀਡ ਸੀ ਸ਼ਹਿਰ ਦੀ ਕਾਂਗਰਸ ਪਾਰਟੀ ਦੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ 500 ਦੀ ਲੀਡ ਹੈ 4000 ਵੋਟ ਕੱਲੇ ਸ਼ਹਿਰ ਨੇ ਕਵਰ ਕੀਤੀ ਬਹੁਤ ਛੋਟਾ ਜਿਹਾ ਸ਼ਹਿਰ ਹੈ ਤੇ ਮੈਂ ਸਮਝਦਾ ਕਿ ਐਡੀ ਲੀਡ ਕਵਰ ਕਰਨੀ 4000 ਵੋਟ ਬਹੁਤ ਇੱਕ ਮੈਨਾ ਰੱਖਦੀ ਹੈ ਤੇ ਉਹਨਾਂ ਦੀ ਜਿਹੜੀ 7000 ਦੀ ਲੀਡ ਸੀ ਉਹਨੂੰ ਘਟਾ ਕੇ 500 ਤੇ ਲੈ ਆਂਦਾ 500 ਦੀ ਲੀਡ ਰਹੀ ਤੇ ਆਵਾਮੀ ਪਾਰਟੀ ਕਿੱਧਰ ਗਈ 11000 ਵੋਟ ਪਈ ਤੇ ਕਿਵੇਂ ਵਾਦਾ ਕਰਦੇ ਇਹ ਪਰਸੈਂਟੇਜ ਕੱਢ ਲਓ ਹੁਣ ਐਮਬਸੀ ਦੀਆਂ ਵੋਟਾਂ ਹੋਈਆਂ ਨਗਰ ਨਿਗਮ ਦੀਆਂ ਹੋਈਆਂ ਨਗਰ ਕੌਂਸਲਾਂ ਦੀਆਂ ਹੋਈਆਂ ਜੀ ਉਹਦੇ ਵਿੱਚ ਇਹਨਾਂ ਨੂੰ ਕੀ ਮਿਲਿਆ ਝਾੜੂ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਕੀ ਮਿਲਿਆ ਉਹਦੇ ਵਿੱਚ ਜੀ ਤੇ ਸ਼ਰੋਮਣੀ ਅਕਾਲੀ ਦਲ ਦੂਸਰੇ ਨੰਬਰ ਤੇ ਰਹੀ ਪੂਰੇ ਪੰਜਾਬ ਚੋਂ ਮੋਗੇ 15 ਸੀਟਾਂ ਸ਼ਰੋਮਣੀ ਅਕਾਲੀ ਦਲ ਨੂੰ ਮਿਲੀਆਂ ਤੇ 20 ਸੀਟਾਂ ਕਾਂਗਰਸ ਨੂੰ ਮਿਲੀਆਂ ਜੀ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਮਿਲੀਆਂ ਜੀ 50 ਸੀਟਾਂ ਮੋਗੇ ਨਗਰ ਕੌਂਸਲ ਦੀਆਂ ਦੂਜੇ ਕੁਝ ਇਲਾਜ ਤੇ नगर निगम ਦੀ ਹੈ ਇਸ ਕਰਕੇ ਕਹਿਣ ਨੂੰ ਬੜਾ ਕੁਝ ਕਿਹਾ ਜਾ ਸਕਦਾ ਗੱਲਾਂ ਕਰਨ ਨੂੰ ਬੜਾ ਕੁਝ ਕਿਹਾ ਜਾ ਸਕਦਾ ਜੇ ਪਿਛਲੀ ਵਾਰ 100 ਸੀਟ ਕਹਿੰਦੇ ਸੀ 20 ਤੇ ਰਹਿ ਗਏ ਐਸ ਕੀ 120 ਕਹਿੰਦੇ ਆ ਤੇ ਮੇਰੇ ਲੋਦਾ 50 ਤੇ ਰਹਿ ਜਾਣਗੇ ਪ੍ਰਧਾਨ ਜੀ ਸਰਕਾਰ ਵੱਲੋਂ ਕਰੋਨਾ ਨੂੰ ਲੈ ਕੇ ਵੀ ਜਿਹੜਾ ਜਨਤਾ ਦੇ ਸਿਕੰਜਾ ਕੱਸਿਆ ਜਾ ਰਿਹਾ ਹੈ 2-2000 ਰੁਪਏ ਦੇ ਬਿਨਾ ਮਾਸਕ ਚਲਾਨ ਕੱਟੇ ਜਾ ਰਹੇ ਆ ਕੀ ਕਹਿਣਾ ਚਾਹੋਗੇ ਵੀ ਕਰੋਨਾ ਹੈਗਾ ਜਾਂ ਕਿਵੇਂ ਸਰਕਾਰ ਕਿਉਂ ਇੰਨਾ ਮਲੇ ਲੋਕਾਂ ਦੇ ਉੱਤੇ ਸਿਕੰਜਾ ਕਸਣਾ ਚਾਹੁੰਦੀ ਹੈ ਬਿਮਾਰੀ ਜ਼ਰੂਰ ਹੈ ਜੀ ਇਹ ਨਹੀਂ ਵੀ ਬਿਮਾਰੀ ਹੈ ਨਹੀਂ ਪਰ ਸਰਕਾਰ ਨੇ ਹਵਾ ਇਹਨਾਂ ਵੱਡਾ ਖੜਾ ਕੀਤਾ ਕਿ ਸਰਕਾਰ ਆ ਜਿਹੜੀ ਡੰਗਟ ਪਾਉਂਦੀ ਹੈ ਟਾਈਮ ਟਪਾਉਂਦੀ ਹੈ ਇੱਕ ਸਾਲ ਆ ਜਿਹੜਾ ਮਾਰਚ 22 ਤੋਂ ਲਾਕਡਾਊਨ ਲੱਗਿਆ ਸੀ ਮੈਨੂੰ ਯਾਦ ਆ ਜੀ ਇੱਕ ਸਾਲ ਹੋ ਗਿਆ ਸਾਲ ਤੋਂ ਉੱਪਰ ਸਮਾਂ ਜਿਹੜਾ ਜਾਣ ਲੱਗਾ ਇਕੱਲੇ ਕਰੋਨਾ ਦੇ ਵਿੱਚ ਉਹ ਕਾਂਗਰਸ ਪਾਰਟੀ ਨੂੰ ਬੜੇ ਫਾਇਦੇ ਚ ਰਿਹਾ ਜੀ ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਚੱਲ ਪਿਆ ਜੀ ਉਹ ਵੀ ਕਾਂਗਰਸ ਪਾਰਟੀ ਦੇ ਬਹੁਤ ਫਾਇਦੇ ਵਿਚ ਰਿਹਾ ਕਿ ਪੰਜਾਬ ਦੀ ਸਰਕਾਰ ਵਾਲ ਕਿਸੇ ਦਾ ਵੀ ਧਿਆਨ ਨਹੀਂ ਰਿਹਾ ਕਿਉਂਕਿ ਕੁਦਰਤੀ ਆਫਤ ਆਈ ਮੁੜ ਕੇ ਕਿਸਾਨਾਂ ਦੀ ਏਡੀ ਵੱਡੀ ਆਫਤ ਆ ਗਈ ਤਿੰਨ ਕਾਲੇ ਕਾਨੂੰਨ ਜਿਹੜੇ ਸੈਂਟਰ ਨੇ ਸਾਡੇ ਖਿਲਾਫ ਲਿਆਂਦੇ ਉਹਦੇ ਚ ਕਿਸਾਨਾਂ ਨੂੰ ਮੂਵਮੈਂਟ ਆ ਜਿਹੜੀ ਸੈਂਟਰ ਦੇ ਖਿਲਾਫ ਖੁੱਲਣੀ ਪਈ ਸ਼ੰਗਾਰ ਜਿਹੜਾ ਸੈਂਟਰ ਦੇ ਸਰਕਾਰ ਦੇ ਖਿਲਾਫ ਖੋਲਿਆ ਉਸ ਕਰਕੇ ਪੰਜਾਬ ਸਰਕਾਰ ਵਾਲ ਕਿਸੇ ਦਾ ਧਿਆਨ ਨਹੀਂ ਪਰ ਉਹ ਡੰਗ ਟਪਾ ਰਹੇ ਆ ਕਿਤੇ ਕਰੋਨੇ ਦਾ ਬਹਾਨਾ ਲਾ ਕੇ ਕਿਤੇ ਹੋਰ ਕੋਈ ਬਹਾਨਾ ਲਾ ਕੇ ਕਿ ਸਾਡੇ ਵੱਲ ਕਿਸੇ ਦੀ ਧਿਆਨ ਨਾ ਹੋਵੇ ਮੁਲਾਜ਼ਮਾਂ ਤੇ ਕਿੰਨਾ लाਠੀ ਚਾਰਜ ਹੋਇਆ ਜੀ ਪਰ ਆ ਈਟੀਟੀ ਟੀਚਰ ਹੋਣ ਪਰ ਆ ਡਾਕਟਰ ਹੋਣ ਪਰ ਕਿਸੇ ਵੀ ਵਿਭਾਗ ਦੇ ਹੋਣ ਹਰ ਇੱਕ ਤੇ ਜਿਹੜਾ ਡੰਡਾ ਸਰਕਾਰ ਦਾ ਚੱਲਿਆ ਇਹਦੂ ਘਣਾਉਣੀ ਹਰਕਤ ਕੀ ਹੋ ਸਕਦੀ ਹੈ ਇਹ ਤਾਂ ਕਹਿੰਦੇ ਸੀ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ ਇਹ ਉਹਨਾਂ ਨੂੰ ਹੀ ਨੌਕਰੀਆਂ ਨਹੀਂ ਦੇ ਸਕਦੇ ਜਿਨ੍ਹਾਂ ਨੇ ਕੋਰਸ ਕੀਤੇ ਆ ਈਟੀਟੀ ਦੇ ਅਧਿਆਪਕ ਕਿੰਨੇ ਵਿਹਲੇ ਫਿਰਦੇ ਆ ਬਿਚਾਰੇ ਜਿਨ੍ਹਾਂ ਦੀ ਉਮਰ ਵੀ ਲੰਘ ਗਈ ਇੱਕ ਇੰਟਰਵਿਊ ਦੇ ਰਿਹਾ ਦੇ ਰਿਹਾ ਸੀ ਕਿ ਮੇਰਾ ਬੇਟਾ ਜਿਹੜਾ ਪਲੱਸ 2 ਚ ਹੋ ਗਿਆ ਤੇ ਮੈਨੂੰ ਹਜੇ ਨੌਕਰੀ ਨਹੀਂ ਮਿਲੀ ਤੇ ਤੁਹਾਡੇ ਚੈਨਲ ਵਾਲੇ ਪੁੱਛ ਰਹੇ ਸੀ ਵੀ ਤੁਹਾਨੂੰ ਦੋਨਾਂ ਨੂੰ ਸ਼ਾਇਦ ਬਾਪ ਨੂੰ ਤੇ ਬੇਡੇ ਨੂੰ ਇਕੱਠੀ ਨੌਕਰੀ ਮਿਲ ਜੇ ਤੇ ਇੱਕੋ ਦਫ਼ਤਰ ਚ ਮਿਲ ਗਈ ਤਾਂ ਫਿਰ ਇੱਕੋ ਜਗ੍ਹਾ ਬੈਠਿਆ ਕਰੋਗੇ ਠੀਕ ਹੈ ਕਿੰਨੀ ਆਸੋਹੀ ਨਹੀਂ ਗੱਲ ਤੇ ਇੱਕ ਪਾਸੇ ਅਸੀਂ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਉਹਨਾਂ ਨੂੰ ਨੌਕਰੀ ਦੇ ਦਿਓ ਜਿਹੜੇ ਵਿਚਾਰੇ ਲੋੜਵੰਦ ਹੈ ਜਿਨ੍ਹਾਂ ਨੇ ਡੇ ਡੇ ਵੱਡੇ ਕੋਰਸ ਕੀਤੇ ਡੇ ਡੇ ਮਹਿੰਗੇ ਕੋਰਸ ਕੀਤੇ ਜਿਨ੍ਹਾਂ ਨੇ ਆਪਦੇ ਘਰ ਵੀ ਪੱਟ ਲਏ ਤੇ ਹਜੇ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਇਸ ਕਰਕੇ ਬੜਾ ਕੁਝ ਕਿਹਾ ਜਾ ਸਕਦਾ ਹੈ ਇੱਕ ਕੇਂਦਰੀਵਾਲ ਸਾਹਿਬ ਇੱਥੇ ਆ ਕੇ ਕਹੇ ਕਿ ਪੰਜਾਬ 'ਚ ਅੱਗ ਮੱਚੀ ਤੇ ਦਿੱਲੀ ਜਾਵੜੀ ਜੀ ਕੇਂਦਰੀਵਾਲ ਸਾਹਿਬ ਨੂੰ ਮੈਂ ਕਹਿਣਾ ਚਾਹਣਾ ਹੈ ਅੱਗ ਨਹੀਂ ਮੱਚੀ ਜੀ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਤਿੰਨ ਕਾਲੇ ਕਾਨੂੰਨ ਲਿਆਂਦੇ ਉਹਦੇ ਖਿਲਾਫ ਸ਼ੰਗਾਰਛਾ ਜਿਹੜਾ ਪੰਜਾਬ ਤੋਂ ਚੱਲਿਆ ਪੰਜਾਬ ਤੋਂ ਚੱਲ ਕੇ ਸ਼ੰਗਾਰਛ ਦਿੱਲੀ ਪਹੁੰਚਿਆ ਨਾ ਕਿ ਅੱਗ ਦਿੱਲੀ ਪਹੁੰਚੀ ਐ ਕੰਜਰੀਵਾਲ ਸਾਹਿਬ ਦੀ ਆਦਤ ਹੈ ਕਿ ਪੰਜਾਬ ਦੇ ਵਿੱਚ ਹਜੇ ਪ੍ਰਾਲੀ ਨੂੰ ਲੋਕਾਂ ਨੇ ਅੱਗ ਨਹੀਂ ਲਾਈ ਹੁੰਦੀ ਤੇ ਪਹਿਲਾਂ ਦਿੱਲੀ 'ਚ ਰੌਲਾ ਪਾਉਂਦੇ ਆ ਕਿ ਪੰਜਾਬ ਦਾ ਧੂਆਂ ਜਿਹੜਾ ਦਿੱਲੀ ਆ ਗਿਆ ਹਰਿਆਣੇ ਦਾ ਕਦੇ ਨਾਂ ਨਹੀਂ ਲਿਆ ਕਿਉਂ ਨਹੀਂ ਲੈਂਦੇ ਹੁਰੀਆਣੇ ਦੇ ਨੇ ਆ ਇਸ ਕਰਕੇ ਕੰਜਰੀਵਾਲ ਸਾਹਿਬ ਨੇ ਸਾਡੇ ਕਿਸਾਨਾਂ ਦੇ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਗੈਫੇਜਾਂ ਕਰਾਈਆਂ ਹੋਣਗੀਆਂ ਉਹ ਪਰਚੇ ਦਰਜ ਉਦੋਂ ਹੁੰਦੇ ਆ ਜਦੋਂ ਦਿੱਲੀ 'ਚ ਰੌਲਾ ਪਾਉਂਦਾ ਤੇ ਪੰਜਾਬ ਦੇ ਵਿੱਚ ਕਪਟਨ ਅਮਰਿੰਦਰ ਸਿੰਘ ਪਰਚੀ ਦੇਣ ਲੱਗ ਜਾਂਦਾ ਜੀ ਪਿਛਲੀ ਵਾਰ ਵੀ ਇਸ ਕਰਕੇ ਕਿਸਾਨਾਂ ਦਾ ਸ਼ੰਗਾਰ ਚੱਲਿਆ ਸੀ ਤਾਂ ਪਰਚੇ ਨਹੀਂ ਹੋਏ ਇਹਦੋਂ ਪਿਛਲੀ ਵਾਰ ਜਿਹੜਾ ਸੀਜ਼ਨ ਸੀ 185 ਲੋਕਾਂ ਦੇ ਖਿਲਾਫ ਪਰਚਾ ਦੇਣ ਵਾਸਤੇ ਐਸ.ਡੀ.ਐਮ ਨੇ ਲਿਖ ਕੇ ਭੇਜਤਾ ਸੀ ਐਸ.ਐਚ.ਓ ਥਰੂ ਬਗਾ ਪ੍ਰਣਾਤ ਦੇ ਸਮਾਲਸਰ ਨੂੰ ਕਿ ਇੰਨੇ ਬੰਦਿਆਂ ਤੇ ਅਫੇਅਰ ਕਟੀਆਂ ਜਾਣ ਜਿਹੜਾ ਉਹਨਾਂ ਨੇ ਆਪਦੀਆਂ ਪਟਵਾਰੀ ਦੇ ਰਾਈ ਰਿਪੋਰਟਾਂ ਮਗਾ ਕੇ ਤੇ ਉਹ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਸਮਾਲਸਰ ਦਾ ਨਾ ਦੇਣਾ ਪਿਆ ਸੀ ਸਮਾਲ ਸਰ ਧਰਨਾ ਅਸੀਂ ਦਿੱਤਾ ਕਿਸਾਨਾਂ ਦੇ ਹੱਕ ਵਿੱਚ ਉੱਤੇ ਕਿਸਾਨ ਵੀਰ ਵੀ ਆਏ ਨੌਜਵਾਨ ਵੀਰ ਵੀ ਆਏ ਸਾਰੇ ਲੋਕ ਇਕੱਠੇ ਹੋ ਕੇ ਅਸੀਂ ਧਰਨਾ ਦਿੱਤਾ ਉਸ ਧਰਨੇ ਦੇ ਨਾਲ ਉਹ 185 ਬੰਦੇ ਜਿਹੜੇ ਐਫਆਰ ਦਰਜ ਹੋਣੀਆਂ ਸੀ ਸਾਰੀਆਂ ਵਾਪਸ ਹੋਈਆਂ ਇਸ ਕਰਕੇ ਉਸੇ ਗੱਲ ਤੋਂ ਡਰਦੇ ਆ ਕਿ ਫੇਰ ਕਿਸਾਨਾਂ ਦਾ ਸ਼ਿੰਗਾਰ ਸੀ ਤਾਂ ਕਰਕੇ ਪੰਜਾਬ ਵਿੱਚ ਪਰਚੇ ਦਰਜ ਨਹੀਂ ਹੋਏ ਫੇਰ ਵੀ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੀਆਂ ਐਫਆਰ ਆ ਉਹ ਕਟੀਆਂ ਜੀ ਤੇ ਪ੍ਰਧਾਨ ਜੀ 2022 ਆ ਰਿਹਾ ਹੈ ਆਮ ਆਦਮੀ ਪਾਰਟੀ ਨੇ ਵੀ ਵੱਡੀ ਰੈਲੀ ਕੀਤੀ ਹੈ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਆਪਣਾ ਦਫਤਰ ਖੋਲ ਕੇ ਕੰਮ ਚਾਲੂ ਕਰ ਦਿੱਤਾ ਹਜੇ ਸਮਾਂ ਪਿਆ ਸਮੇ ਤੋਂ ਪਹਿਲਾਂ ਗੱਲ ਕਰ ਰਹੇ ਆਪਾਂ ਤੁਸੀਂ ਲੱਗਦਾ ਪਛੜ ਨਹੀਂ ਗਏ ਇਸ ਮਾਮਲੇ 'ਚ ਹਜੇ ਕੋਈ ਆਪਣੀ ਵੱਡੀ ਰੈਲੀ ਵੀ ਨਹੀਂ ਹੋਈ ਅਕਾਲੀ ਦਲ ਦੀ ਬਾਗੇਪਨੇ ਹਲਕੇ 'ਚ ਤੇ ਕੋਈ ਪ੍ਰਚਾਰ ਹਜੇ ਵੈਸੇ ਟਾਈਮ ਵੀ ਪਿਆ ਹੈ ਕੀ ਕਹਿਣਾ ਚਾਹੋਗੇ ਇਸ ਗੱਲ ਬਾਰੇ ਅਸੀਂ ਸਮੇਂ-ਸਮੇਂ ਤੇ ਜੋ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਵੱਲੋਂ ਜਿਹੜੀਆਂ ਵੀ ਸਾਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਉਹਦੇ ਜਿਸੀਂ ਕੰਪਲੀਟ ਹੈ ਇਸ ਕਰਕੇ ਅਸੀਂ 4 ਸਾਲ ਤੋਂ ਇਲੈਕਸ਼ਨ ਲੜ ਰਹੇ ਆਂ 4 ਸਾਲ ਤੋਂ ਹੀ ਸਾਡਾ ਵਰਕ ਸ਼ੁਰੂ ਹੈ ਜੀ ਸਾਡੇ ਸਰਕਲ ਪ੍ਰਧਾਨ ਸਾਡੀਆਂ ਮੋਦਵਾਰ ਸ਼ਕਸ਼ੀਤਾਂ ਜਿੰਨੀਆਂ ਪਿੰਡਾਂ ਚ ਪੂਰਾ ਕਾਡਰ ਸ਼੍ਰੋਮਣੀ ਅਕਾਲੀ ਦਲ ਦਾ ਜੀ ਪੂਰੀ ਤਰ੍ਹਾਂ ਤਿਆਰ ਹੈ ਰੈਲੀ ਜਿਹੜੀ ਤੁਹਾਨੂੰ ਯਾਦ ਹੋਊਗਾ ਕਿ ਪਹਿਲੀ ਰੈਲੀ ਫਾਇਲਕਾ ਹੋਈ ਸੀ ਪੁਲਖੋ ਰੈਲੀ ਉਸ ਤੋਂ ਬਾਅਦ ਰਾਮਪੁਰਾ ਫੂਲ ਚੋਈ ਸੀ ਤੀਜੀ ਰੈਲੀ ਬਾਗੇਪਰਾ ਚੋਈ ਸੀ ਤੇ ਬਹੁਤ ਵੱਡਾ ਇਤਿਹਾਸ ਇਕੱਠ ਹੋਇਆ ਸੀ ਇਸ ਕਰਕੇ ਹੁਣ ਵੀ ਜਦੋਂ ਸਾਨੂੰ ਧਰਨਾ ਦੇਣਾ ਕਿਸਾਨਾਂ ਦੇ ਹੱਕ ਜਹੀ ਧਰਨੇ ਦਿੱਤੇ ਹੁਣ ਫੇਰ ਅਸੀਂ ਤਾਨਾ ਤਹਿਸੀਲ ਦੇ ਵਿੱਚ ਦੇ ਕੇ ਹਟੇ ਜਾਂ ਥੋੜਾ ਸਮਾਂ ਹੋ ਗਿਆ ਹੁਣ ਫੇਰ 5 ਤਰੀਕ ਨੂੰ ਚੌਂਕ ਦੇ ਵਿੱਚ ਬਾਗੇ ਪੁਰਾਣੇ ਅਸੀਂ ਫੇਰ ਕਾਂਗਰਸ ਪਾਰਟੀ ਦੇ ਤੇ ਭਗਵੰਤ ਮਾਨ ਦੇ ਪੁਤਲੇ ਫੁਕੜਨੇ ਆ 5 ਤਰੀਕ ਨੂੰ ਫੇਰ ਸਾਡਾ ਪ੍ਰਦਰਸ਼ਨ ਹੈ ਇਸ ਕਰਕੇ ਸਮੇਂ-ਸਮੇਂ ਤੇ ਜਦੋਂ ਵੀ ਪਾਰਟੀ ਪ੍ਰਧਾਨ ਵੱਲੋਂ ਪਾਰਟੀ ਵੱਲੋਂ ਹੁਕਮ ਆਉਂਦੇ ਆ ਤੇ ਬਗਾ ਪ੍ਰਣਾ ਹਲਕਾ ਤਾਂ ਹਮੇਸ਼ਾ ਹੀ ਮੈਨੂੰ ਲੱਗਦਾ ਕਿ ਅਸੀਂ ਪੂਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਉਹ ਬਹੁਤ ਮਿੱਧ ਚੁੱਕੇ ਆ ਤੇ ਪਿੰਡ ਦੇ ਵਿੱਚ ਕਿਤੇ ਵੀ ਦੁੱਖ ਸੁੱਖ ਦੇ ਵਿੱਚ ਕੋਈ ਬੁਲਾਉਂਦਾ ਹੈ ਤਾਂ ਉੱਥੇ ਉਦੋਂ ਹੀ ਪਹੁੰਚਦੇ ਆ ਜੀ ਤੇ ਖੁਸ਼ੀ ਦੇ ਵਿੱਚ ਤਾਂ ਚਲੋ ਜਦੋਂ ਕੋਈ ਬੁਲਾਊਗਾ ਉਦੋਂ ਜਾਵਾਂਗੇ ਦੁੱਖ ਦੇ ਵਿੱਚ ਅਗਲੇ ਨੇ ਨਹੀਂ ਬੁਲਾਉਣਾ ਹੁੰਦਾ ਸਾਡਾ ਆਪ ਦਾ ਫਰਜ਼ ਬੰਦਾ ਹਰ ਥਾਂ ਜਾ ਕੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸਾਥੀ ਬਣੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਏ ਆ ਕਦੇ ਕੋਈ ਇਹੋ ਜੀ ਘਾਟ ਹੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਕਸਰ ਛੱਡੀ ਹੋਵੇ ਜਾਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਦੋਂ ਵੀ ਸਮੇਂ-ਸਮੇਂ ਤੇ ਕਈ ਵਾਰ ਉਹ ਦੂਬਾਦ ਦੇ ਵਿੱਚ ਪ੍ਰਧਾਨ ਸਾਹਿਬ ਇੱਥੇ ਬਾਗੇਪੁਰਾਣੇ ਆਏ ਉਹਨਾਂ ਨੇ ਇੱਕ ਇੱਕ ਆਦਮੀ ਦੇ ਨਾਲ ਫੋਟੋ ਵੀ ਕਰਾਈਆਂ ਹੋਰ ਵੀ ਜਿਨਨੇ ਐਕਟੀਵਿਟੀ ਐ ਪਾਰਟੀ ਦੀ ਉਹ ਪੂਰੀ ਤਤਪਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਾਢ ਰ ਜਿਹੜਾ ਉਹ ਬਸ ਪੂਰਾ ਮੁੱਠਿਆਂ 'ਚ ਸੁੱਕੀ ਬੈਠਾ ਕਿ ਕਦੋਂ ਸਮਾਂ ਆਵੇ ਤੇ ਕਦੋਂ ਇਹ ਕਾਂਗਰਸੀਆਂ ਨੂੰ ਮਤ ਦੇਈਏ ਇਹ ਆਵਾਮ ਦੀ ਪਾਰਟੀ ਨੂੰ ਮਤ ਦੇਈਏ ਕਿ ਜਿਨ੍ਹਾਂ ਨੇ ਝੂੜ ਦਾ ਪਲੰਦੇ ਨਾਲ ਝੂਠਾ ਨਾਲ ਦੋਨੇ ਪਾਰਟੀਆਂ ਜਿਹੜੀਆਂ ਵੱਡੇ ਵੱਡੇ ਝੂਠਾ ਜਿਹੜੇ ਜਿਹੜਾ ਪ੍ਰਸ਼ਾਂਤ kishor ਹੈ ਉਹ ਦੋਨਾਂ ਪਾਰਟੀਆਂ ਦਾ ਹੀ ਉਧਰੋਂ ਕੰਜੀਵਾਲ ਸਾਹਿਬ ਨੂੰ ਰਹਿ ਦਿੰਦਾ ਝੂਠ ਮਾਰਨ ਦੀ ਉਧਰੋਂ ਕਪਟੇ ਅਮਰਿੰਦਰ ਸਿੰਘ ਨੂੰ ਰਹਿ ਦਿੰਦਾ ਝੂਠ ਮਾਰਨ ਦੀ ਕਿ ਕਿਵੇਂ ਵੱਡੇ ਤੋਂ ਵੱਡਾ ਝੂਠ ਹ ਮਾਰਿਆ ਜਾ ਸਕੇ ਤੇ ਲੋਕਾਂ ਨੂੰ ਘਬਰਾ ਕੀਤਾ ਜਾ ਸਕੇ ਜੀ ਤੁਸੀਂ ਪਾਰਟੀ ਲਈ ਸ਼੍ਰੋਮਣੀ ਅਕਾਲੀ ਦਲ ਲਈ ਹਲਕੇ ਵਿੱਚ ਹਲਕੇ ਨਹੀਂ ਮੈਂ ਤਾਂ ਕਹੂੰਗਾ ਜ਼ਿਲ੍ਹਾ ਲੈਵਲ ਤੇ ਇੰਨਾ ਵਰਕ ਕਰਦੇ ਹੋ ਤੇ 2022 ਚ ਕੀ ਪਾਰਟੀ ਫਿਰ ਤੁਹਾਨੂੰ ਟਿਕਟ ਨਾਲ ਨਵਾਜੂਗੀ ਲੱਗਦਾ ਹੈ ਇਹ ਜਿਹੜੀ ਪਾਰਟੀ ਪ੍ਰਧਾਨ ਨੇ ਸੀਏਡੀ ਦੀਆਂ ਰਿਪੋਰਟਾਂ ਦੇ ਮੁਤਾਬਕ ਏਜੰਸੀ ਦੀਆਂ ਰਿਪੋਰਟਾਂ ਦੇ ਮੁਤਾਬਕ ਏਜੰਸੀਆਂ ਤੋਂ ਸਰਵੇ ਹੁੰਦੇ ਆ ਸੀਏਡੀ ਤੋਂ ਸਰਵੇ ਹੁੰਦੇ ਆ ਉਹਨਾਂ ਦੇ ਮੁਤਾਬਕ ਪਾਰਟੀ ਪ੍ਰਧਾਨ ਕੋਲ ਪਾਵਰ ਹੁੰਦੀ ਆ ਜੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਮੈਨੂੰ ਚੌਥੀ ਵਾਰ ਜ਼ਿਲ੍ਹੇ ਮੋਗੇ ਦਾ ਸੇਵਾਦਾਰ ਲਾਇਆ ਤੇ ਹੁਣ ਵੀ ਮੈਨੂੰ ਹਲਕਾ ਇੰਚਾਰਜ ਆ ਜਿਹੜਾ ਜਦੋਂ ਤੋਂ 2017 ਦੇ ਵਿੱਚ ਚੋਣ ਹਾਰੇ ਆ ਉਦੋਂ ਤੋਂ ਲੈ ਕੇ ਹਲਕਾ ਇੰਚਾਰਜ ਆ ਜਿਹੜਾ ਦਾਸ ਨੂੰ ਹਲਕੇ ਦੀ ਜਿਹੜੀ ਸੇਵਾ ਉਹ ਦਿੱਤੀ ਹੋਈ ਆ ਜੀ ਤੇ ਮੈਂ ਸਮਝਦਾ ਕਿ ਪਾਰਟੀ ਪ੍ਰਧਾਨ ਦਾ ਜਿਹੜਾ ਵੀ ਹੁਕਮ ਹੋਊਗਾ ਉਹ ਦਾਸ ਦੇ ਸਿਰ ਮੱਥੇ ਤੇ ਆ ਤੇ ਤਿਆਰੀ ਪੂਰੀ ਹੈ ਇਲੈਕਸ਼ਨ ਲੜਨ ਦੀ ਕੋਈ ਇਹਦੇ ਚ ਕੋਈ ਕਮੀ ਨਹੀਂ ਹਮੇਸ਼ਾ ਹੀ 24 ਘੰਟੇ ਲੋਕਾਂ ਦੇ ਨਾਲ ਮੇਲ ਮਲਾਪ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾਣਾ ਇਹ ਹਮੇਸ਼ਾ ਹੀ ਲੋਕਾਂ ਦੇ ਕੰਮਾਂ ਦੇ ਵਿੱਚ ਹੱਥ ਵਟਾਉਣਾ ਸਾਡੇ ਵਰਕਰਾਂ ਨਾਲ ਜਿੱਥੇ ਤੱਕਾ ਹੋਇਆ ਇਹ ਮਿਸਾਲ ਆ ਕਿ ਪਹਿਲਾਂ ਕਦੇ ਵੀ 2002 ਤੋਂ 2007 ਤੱਕ ਸਰਕਾਰ ਰਹੀ ਸੀ ਕਾਂਗਰਸ ਪਾਰਟੀ ਕੈਪਟਨ ਮੋਰਿੰਦਰ ਸਿੰਘ ਦੀ 92 ਤੋਂ 97 ਤੱਕ ਜਸਵ ਬਿਆਨ ਸਿੰਘ ਦੀ ਸਰਕਾਰ ਰਹੀ ਸੀ ਸਾਡੇ ਬੰਦਿਆਂ ਨੇ ਕਿਤੇ ਤੱਕਾ ਹੋਇਆ ਹੋਵੇ ਕੋਈ ਧਰਨਾ ਨਹੀਂ ਦਿੱਤਾ ਜਾਂਦਾ ਸੀ ਪਰ ਜਦੋਂ 2017 ਦੇ ਵਿੱਚ ਸਰਕਾਰ ਬਣੀ ਤੇ ਪਹਿਲੇ ਦਿਨ ਤੋਂ ਸ਼ੁਰੂ ਕਰ ਦਿੱਤਾ ਸਾਡੇ ਨਾਲ ਦੇ ਨਗਰ ਦੇ ਸਾਬਕਾ ਸਰਪੰਚ ਆ ਸਦਾ ਕਰਮ ਸਿੰਘ ਤੇ ਡਾਇਰੈਕਟਰ ਵੀ ਨੇ ਮੌਜੂਦਾ ਉਹ ਸੈਂਟਰ ਕੋਆਡ ਬੈਂਕ ਦੇ ਸਭ ਤੋਂ ਪਹਿਲਾਂ ਉਹਨਾਂ ਨਾਲ ਤੱਕਾ ਹੋਇਆ ਸੀ ਤੇ ਥਾਣੇ ਦੇ ਬਾਹਰ ਦੇ ਮੁਰੇ ਧਰਨਾ ਦਿੱਤਾ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਉੱਥੇ ਹਿੰਸਾਪ ਦਵਾਇਆ ਜੀ ਆਪਣੇ ਵਰਕਰਾਂ ਨੂੰ ਆਪਣੇ ਉਹ ਸਾਬਕਾ ਸਰਪੰਚ ਨੂੰ ਇਨਸਾਫ ਦਵਾ ਕੇ ਉੱਠੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਪਰਚਾ ਦਰਜ ਕਰਵਾਇਆ ਜੀ ਤੇ ਹਮੇਸ਼ਾ ਹੀ ਪਲਾਉ ਸਮਾਲਸਰ ਥਾਣਾ ਹੋਵੇ ਬਾਗਾ ਪ੍ਰਾਣਾ ਹੋਵੇ ਨੱਥੂਵਾਲਾ ਚਮਕੀ ਹੋਵੇ ਹਮੇਸ਼ਾ ਹੀ ਜਦੋਂ ਕਿਤੇ ਸਾਡੇ ਵਰਕਰਾਂ ਦਾ ੱੱਕਾ ਹੁੰਦਾ ਤੇ ਮੈਨੂੰ ਲੱਗਦਾ ਇਹਦੋਂ ਪਹਿਲਾਂ ਅਸੀਂ 15 ਧਰਨੇ ਜਿਹੜੇ ਦੇ ਚੁੱਕੇ ਆ ਜੀ ਤੇ ਇਨਸਾਫ ਦਵਾਈ ਦਾ ਡਟ ਕੇ ਵਰਕਰਾਂ ਨਾਲ ਖੜੇ ਆ ਮੈਨੂੰ ਨਹੀਂ ਲੱਗਦਾ ਇਹਦੋਂ ਬਾਅਦ ਕਿਸੇ ਹਲਕੇ 'ਚ ਕੋਈ ਏਡੀ ਵੱਡੀ ਸੇਵਾ ਹੋਈ ਹੋਵੇ ਜਿੰਨੀ ਸ਼੍ਰੋਮਣੀ ਅਕਾਲੀ ਦਲ ਦੇ ਪਰ ਸਾਡੇ ਵਰਕਰਾਂ ਨੇ ਵੀ ਐਡਾ ਵੱਡਾ ਸਾਥ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਬਾਗੇ ਪ੍ਰਾਣੇ ਦਾ ਰਕਾਰਡ ਹੈ ਕਿ ਜਦੋਂ ਅਸੀਂ ਟੈਲੀਫੋਨ ਕਰ ਦਿੰਨੇ ਆ ਕਿ ਫਰਾਨੇ ਥਾਂ ਮੁਸੀਬਤ ਪਈ ਹੈ ਤੇ ਸਾਡੇ ਵਰਕਰ ਮਿੰਟਲ ਸਕਿੰਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਮੈਂ ਸਾਡੇ ਵਰਕਰਾਂ ਨੂੰ ਦਾਤ ਵੀ ਦਿੰਨਾ ਤੇ ਸਾਰੀ ਮਿੰਟਲ ਸਕਿੰਟਾਂ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਇਕੱਠੀ ਹੋ ਕੇ ਉੱਥੇ ਇਨਸਾਫ ਲੈ ਕੇ ਉੱਠਿਆ ਜਿੰਨੇ ਅਸੀਂ ਅੱਜ ਤੱਕ ਧਰਨੇ ਦਿੱਤੇ ਜੀ ਪ੍ਰਧਾਨ ਜੀ ਤੁਸੀਂ ਸੁਣਿਆ ਹੋਊਗਾ ਵੇਖਿਆ ਵੀ ਹੋਣਾ ਵੀਡੀਓ ਇੱਕ ਪਿੱਛੇ ਮਲੋੜ ਚ ਨਾਰੰਗ ਸਿੰਘ ਐਮ ਐਲ اے ਹੋਰ ਤੋਂ ਹੈਗੇ ਨੇ ਤੇ ਪਬਲਿਕ ਨੇ ਕੁੱਟਮਾਰ ਕਰਤੀ ਕੀ ਸਮਝਦੇ ਹੋ ਵੀ ਇਹ ਕਾਨੂੰਨ ਹੱਥ ਚ ਲੈਣਾ ਚੰਗੀ ਗੱਲ ਐ ਜਾਂ ਜਾਂ ਜਿਹੜੇ ਲੋਕ ਕਈ ਵਾਰੀ ਐਦਾਂ ਦਾ ਕਰ ਦਿੰਦੇ ਤੇ ਬਾਅਦ ਜਦੋਂ ਕਾਨੂੰਨ ਦਾ ਖਮਿਆਜਾ ਭੁਗਤਣਾ ਪੈਂਦਾ ਐ ਕਾਨੂੰਨ ਰਾਹੀਂ ਉਹਨਾਂ ਨੂੰ ਸਜ਼ਾ ਮਿਲਦੀ ਐ ਤਾਂ ਔਖਾ ਹੋ ਜਾਂਦਾ ਕੀ ਕਹਿਣਾ ਚਾਹੋਗੇ ਇਸ ਗੱਲ ਬਾਰੇ ਗੱਲ ਬਹੁਤ ਮਾੜੀ ਐ ਇਸ ਤਰ੍ਹਾਂ ਦੀ ਗੱਲ ਹੋਣੀ ਆਪਦੇ ਹੱਥ ਦੇ ਵਿੱਚ ਕਾਨੂੰਨ ਲੈਣਾ ਇਹ ਕੋਈ ਚੰਗੀ ਗੱਲ ਨਹੀਂ ਪਰ ਥੋੜੀ ਜਿਹੀ ਗੱਲ ਮੈਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹਣਾ ਹੈ ਕਿ ਜਦੋਂ ਇਹੋ ਜਿਹੇ ਹਾਲਾਤ ਚੱਲਦੇ ਹੋਣ ਤਾਂ ਉਹਨਾਂ ਨੂੰ ਉੱਥੇ ਪ੍ਰੈਸ ਮੀਟਿੰਗ ਨਹੀਂ ਕਰਨੀ ਚਾਹੀਦੀ ਸੀ ਤੇ ਜਿਹੜੇ ਲੋਕਾਂ ਨੇ ਕੀਤਾ ਤਾਂ ਮੈਂ ਵੀ ਕਹਿਣ ਤੋਂ ਕੋਈ ਗਰੇਜ਼ ਨਹੀਂ ਕਿ ਮਾੜਾ ਹੋਇਆ ਜੀ ਇਹ ਗੱਲਾਂ ਜਿਹੜੀਆਂ ਇਹ ਸਮਾਜ ਦੇ ਵਿੱਚ ਚੰਗੀਆਂ ਨਹੀਂ ਕਿ ਉਹਨਾਂ ਦੀ ਉਹਨਾਂ ਦੇ ਬੇਟੇ ਉਹਨਾਂ ਦੀਆਂ ਬੇਟੀਆਂ ਆਪਦੇ ਬਾਪ ਨੂੰ ਜਿਹੜਾ ਐਮਐਲਏ ਹੋਵੇ ਮੌਜੂਦਾ ਜੀ ਤੇ ਉਹਨੂੰ ਦੇਖਣ ਉਸ ਹਾਲ ਦੇ ਵਿੱਚ ਤੋ ਆਪਣਾ ਨ ਹੋਵੇ ਤਾਂ ਆਪਾਂ ਨੂੰ ਹੀ ਬੜਾ ਪੈੜਾ ਲੱਗੂਗਾ ਮਾੜਾ ਲੱਗੂਗਾ ਪਰਿਵਾਰ ਵਾਸਤੇ ਵੀ ਲੋਕਾਂ ਨੂੰ ਵੀ ਮਾੜਾ ਲੱਗੂਗਾ ਇਹੋ ਜੀ ਗੱਲ ਜਿਹੜੀ ਨਹੀਂ ਹੋਣੀ ਚਾਹੀਦੀ ਠੀਕ ਆ ਸਾਨੂੰ ਸੰਘਰਸ਼ ਦੇ ਵਿੱਚ ਵੱਡਾ ਹਿੱਸਾ ਪਾਉਣਾ ਚਾਹੀਦਾ ਇਹ ਸੰਘਰਸ਼ਾ ਜਿਹੜਾ ਉਹ ਕੋਈ ਇੱਕ ਦਾ ਨਹੀਂ ਉਹ ਸਾਰੇ ਪੰਜਾਬੀਆਂ ਦਾ ਸਾਰੇ ਜਿੰਨੇ ਕਿਸਾਨ ਨੇ ਹਿੰਦੁਸਤਾਨ ਦੇ ਸਾਰਿਆਂ ਦਾ ਸਾਂਝਾ ਸੰਘਰਸ਼ ਹੈ ਜੀ ਤੇ ਇਹ ਸੰਘਰਸ਼ਾ ਜਿਹੜਾ ਸਾਨੂੰ ਸ਼ਾਂਤਮਈ ਰੱਖਣਾ ਚਾਹੀਦਾ ਕਿਉਂਕਿ ਸੰਘਰਸ਼ ਉਹਦੋਂ ਹੀ ਕਾਮਯਾਬ ਹੁੰਦਾ ਜਦੋਂ ਸ਼ਾਂਤਮਈ ਰਹੂਗਾ ਜਦੋਂ ਕੋਈ ਸ਼ਿਕਾਇਤ ਦੇ ਵਿੱਚ ਇਹੋ ਜਿਹੀ ਗੱਲ ਹੋਊਗੀ ਫਿਰ ਕਈ ਵਾਰ ਨੁਕਸਾਨ ਹੋ ਜਾਂਦਾ ਤੇ ਜਿਹੜੇ ਲੋਕਾਂ ਦੇ ਪਰਚੇ ਦਰਜ ਹੋ ਜਾਂਦੇ ਆ ਉਹਨਾਂ ਨੂੰ ਬਾਅਦ ਦੇ ਵਿੱਚ ਬਹੁਤ ਖਮਿਆਜਾ ਭੁਗਤਣਾ ਪੈਂਦਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਜੀ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਜ਼ਬਾਤ ਚ ਆ ਕੇ ਕਈ ਗੱਲਾਂ ਹੋ ਜਾਂਦੀਆਂ ਪਰ ਉਦੋਂ ਬਾਅਦ ਦੇ ਵਿੱਚ ਜਦੋਂ ਕੋਈ ਐਫ ਆਰ ਵਗੈਰਾ ਦਰਜ ਹੋ ਜਾਂਦੀ ਤਾਂ ਉਹਦਾ ਬਹੁਤ ਔਖਾ ਹੋ ਜਾਂਦਾ ਉਹਦਾ ਹੱਲ ਕੱਢਣਾ ਵੀ ਮੁਸ਼ਕਲ ਹੋ ਜਾਂਦਾ ਜੀ ਇਹ ਗੱਲਾਂ ਜਿਹੜੀਆਂ ਕਿਉਂਕਿ ਸਿਆਸੀ ਹੋਣ ਦੇ ਨਾਤੇ ਸ਼ੁਰੂ ਤੋਂ ਸਿਆਸਤ ਦੇ ਵਿੱਚ ਪਏ ਆ ਤਾਂ ਪਤਾ ਲੱਗਦਾ ਕਿ ਜਦੋਂ ਇਹੋ ਜਿਹੀਆਂ ਗੱਲਾਂ ਕਿਤੇ ਹੁੰਦੀਆਂ ਤੇ ਬਾਅਦ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਸੀਗਾ ਉਹ ਗੱਠਜੋੜ ਟੁੱਟ ਚੁੱਕਿਆ ਤੇ ਆਉਣ ਵਾਲੇ 2022 ਚ ਇਸ ਦਾ ਕੋਈ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਫਾ ਨੁਕਸਾਨ ਕੀ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਹੈ ਸਾਡੇ ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਿੱਥੇ 17-18 ਸਾਲ ਜੇਲ੍ਹ ਕੱਟੀ ਉਹਨਾਂ ਨੇ ਅਲਾਈਅንስ ਕੀਤਾ ਸੀ ਭਾਜਪਾ ਨਾਲ ਕਿਉਂਕਿ ਸਾਡਾ ਕਾਂਗਰਸ ਨਾਲ ਨਹੀਂ ਹੋ ਸਕਦਾ ਸੀ ਪਰ ਜਦੋਂ ਸਾਨੂੰ ਇਹ ਪਤਾ ਲੱਗਿਆ ਪਾਰਟੀ ਨੂੰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਜਿਹੜੀ ਭਾਜਪਾ ਹੈ ਇਹ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਜੀ ਇਹ ਬੈਲਾ ਜਿਹੜੇ ਕਿਸਾਨਾਂ ਦੇ ਨੁਕਸਾਨ ਦੇ ਵਿੱਚ ਐ ਬੀਬਾ ਹਰਸ਼ਮਿਤ ਕੌਰ ਬਾਦਲ ਜੀ ਨੇ ਜਿਹੜਾ ਕੇਂਦਰੀ ਬਾਜ਼ਾਰ ਦੇ ਵਿੱਚੋਂ ਆਪਣਾ ਅਸਤੀਫਾ ਦਿੱਤਾ ਕੈਪਟਨ ਰੈਂਕ ਪੂਰੇ ਹਿੰਦੁਸਤਾਨ ਦੇ ਮੰਤਰੀ ਸਨ ਬਹੁਤ ਵੱਡੀ ਗੱਲ ਆ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਣਾ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਅਲਾਈਂਸ ਆ ਜਿਹੜਾ ਬਹੁਤ ਲੰਮੇ ਸਮੇਂ ਦਾ ਅਲਾਈਂਸ ਸੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਉਹ ਤੋੜ ਦਿੱਤਾ ਇਸ ਕਰਕੇ ਤੋੜਿਆ ਉਹ ਕਦੇ ਇੱਕ ਗੱਠ ਜੋੜਨੇ ਹੋਊਗਾ ਹੁਣ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੁੱਤੇ ਤੇ 100 ਸਾਲ ਹੋ ਗਿਆ ਲੜਾਈ ਲੜਦੇ ਆ 100 ਸਾਲ ਉਮਰ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜੀ ਪਹਿਲਾ ਪਾਰਟੀ ਬਣੀ ਹੈ ਦੂਜੀਆਂ ਪਾਰਟੀਆਂ ਤੋਂ ਬਾਅਦ ਚ ਬਣੀ ਹੈ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਸ਼੍ਰੋਮਣੀ ਅਕਾਲੀ ਦਲ ਆਪਦੇ ਬਲਬੁੱਤੇ ਤੇ 2022 ਦੇ ਵਿੱਚ ਇਲੈਕਸ਼ਨ ਲੜੂਗਾ ਬੀਜੇਪੀ ਦਾ ਜਿਹੜਾ ਪੰਜਾਬ ਦੇ ਵਿੱਚ ਕੋਈ ਧਾਰ ਨਹੀਂ ਦਿਆ ਜੀ ਕਿਉਂਕਿ ਕਿਸਾਨ ਆ ਜਿਹੜੇ ਉਹ ਸ਼ਰੋਮਣੀ ਕਾਲੀ ਦਲ ਕਹਿ ਲੋ ਸ਼ਰੋਮਣੀ ਕਾਲੀ ਦਲ ਦੇ ਨਾਲ ਕਿਸਾਨ ਕਿਉਂਕਿ ਪਾਰਟੀ ਕਿਸਾਨਾਂ ਦੀ ਸ਼ਰੋਮਣੀ ਕਾਲੀ ਦਲ ਹੈ ਸ਼ਰੋਮਣੀ ਕਾਲੀ ਦਲ ਨੇ ਜਿੱਥੇ ਕਿਸਾਨਾਂ ਵਾਸਤੇ ਬਾਦਲ ਸਾਹਿਬ ਨੇ ਬਹੁਤ ਵੱਡੇ ਵੱਡੇ ਫੈਸਲੇ ਲਏ ਜਿੱਥੇ ਬਿਜਲੀ ਪਾਣੀ ਮੁਫਤ ਕੀਤਾ ਕਿਸਾਨਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਉੱਥੇ ਭਾਜਪਾ ਦਾ ਕੋਈ ਆਧਾਰ ਨਹੀਂ ਪੰਜਾਬ ਦੇ ਵਿੱਚ ਇੱਥੇ ਮੁਕਾਬਲਾ ਜਿਹੜਾ ਕਾਂਗਰਸ ਪਾਰਟੀ ਦਾ ਤੇ ਸ਼ਰੋਮਣੀ ਕਾਲੀ ਦਲ ਦਾ ਹੀ ਹੋਣਾ ਹੈ ਕਿਉਂਕਿ ਬੀਜੇਪੀ ਦਾ ਇੰਨਾ ਹੰਗਾਰਵਲ ਕਹੀ ਹੈ ਕਿ ਉਹਨਾਂ ਦਾ ਐਮਸੀ 1 2 ਜਿੱਤੇ ਕਹਿ ਲੋ ਪਰ ਪੰਜਾਬ ਦੇ ਵਿੱਚ ਪੂਰਾ ਸਫਾਇਆ ਜੀ ਜਮਾਨਤਾ ਜਬਤ ਹੋਣੀਆਂ ਬੀਜੇਪੀ ਦੇ ਜੇ ਕੈਂਡੀਡੇਟ ਖੜਦੇ ਆ ਖੰਣ ਕੇ ਜ਼ਰੂਰ ਕਿਉਂਕਿ ਨੈਸ਼ਨਲ ਪਾਰਟੀ ਹੈ ਪਰ ਪੰਜਾਬ ਦੇ ਵਿੱਚ ਜਮਾਨਤਾ ਉਹਨਾਂ ਦੀਆਂ ਸਾਰੇ ਕੈਂਡੀਡੇਟਾਂ ਦੀਆਂ ਜਿਹੜੀਆਂ ਜਬਤ ਹੋਣਗੀਆਂ ਬੀਜੇਪੀ ਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਊਗਾ ਕਿਉਂਕਿ ਸ਼੍ਰੋਮਣੀ ਕਾਲੀ ਦਲ ਤੇ ਲੋਕ ਪੰਜਾਬ ਦੇ ਵਿਸ਼ਵਾਸ ਕਰਦੇ ਆ ਇਸ ਕਰਕੇ ਵਿਸ਼ਵਾਸ ਕਰਦੇ ਆ ਕਿ ਜੋ ਸ਼੍ਰੋਮਣੀ ਕਾਲੀ ਦਲ ਨੇ ਅੱਜ ਤੱਕ ਕਿਹਾ ਉਹ ਕਰਕੇ ਵਿਖਾਇਆ ਕੋਈ ਵਾਅਦੇ ਕੀਤੇ ਜਿਹੜੇ ਸ਼੍ਰੋਮਣੀ ਕਾਲੀ ਦਲ ਨੇ 1997 ਦੇ ਵਿੱਚ ਬਾਲ ਸਿੰਘ ਨੇ ਜਦੋਂ ਕਿਹਾ ਸੀ ਪਹਿਲਾਂ ਚੋਣ ਮੈਨੂੰ ਬੈਸਟੋ ਕਿਹਾ ਸੀ ਕਿ ਮੈਂ ਮੋਟਰਾਂ ਦੇ ਬਿੱਲ ਮਾਫ ਕਰ ਦੂੰ ਮਾਮਲਾ ਮਾਫ ਕਰੂੰ ਤਾਂ ਲੋਕ ਹੱਸਦੇ ਸੀ ਗਰੀਬ ਦੀ ਧੀ ਨੂੰ ਮੈਂ ਛਕਣ ਦਿਆ ਕਰੂੰ ਤਾਂ ਵੀ ਲੋਕ ਹੱਸਦੇ ਸੀ ਕਿ ਸ਼੍ਰੋਮਣੀ ਕਾਲੀ ਦਲ ਉਹੀ ਕਹੀ ਜਾਂਦਾ ਪਰ ਜੋ ਬਾਦਲ ਸਾਹਿਬ ਨੇ ਕਿਹਾ ਉਹ ਕਰਕੇ ਦਿਖਾਇਆ ਜੀ ਅੱਜ ਤੱਕ ਜਿੰਨੀਆਂ ਮੰਡੀਆਂ ਬਣੀਆਂ ਸ਼੍ਰੋਮਣੀ ਕਾਲੀ ਦਲ ਨੇ ਬਣਾਈਆਂ ਜਿੰਨੀਆਂ ਧਰਮਸ਼ਾਲਾ ਬਣੀਆਂ ਸ਼੍ਰੋਮਣੀ ਕਾਲੀ ਦਲ ਨੇ ਬਣਾਈਆਂ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਮੈਂ ਦੱਸਣਾ ਚਾਹਣਾ ਸਾਰਿਆਂ ਨੂੰ ਕਿ ਬਾਗੇ ਪੁਰਾਣੇ ਦਾਣਾ ਮੰਡੀ ਦੇ ਵਿੱਚ ਆ ਰੈਲੀ ਜਿਹੜੀ ਆਪਦੀ ਹੋਈ ਤੇ ਮਾਸਟਰ ਬਲਦੇਵ ਸਿੰਘ ਉਹਤੇ ਬੋਲਦਾ ਸੀ ਜੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਕਰੋਨਾ ਹੋ ਗਿਆ ਤੇਰਾ ਭਲੀ ਕਰੋ ਤਾੜੀਆਂ ਮਰਵਾਇਆਂ ਲੋਕਾਂ ਤੋਂ ਮੈਂ ਮਾਸਟਰ ਬਲਦੇਵ ਸਿੰਘ ਨੂੰ ਇਹ ਪੁੱਛਣਾ ਚਾਹੁੰਨਾ ਕਿ ਜਿਹੜੀ ਮੰਡੀ ਦੇ ਵਿੱਚ ਤੂੰ ਇਹ ਤਾੜੀਆਂ ਮਰਵਾ ਰਹਿਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੰਡੀ ਬਣਾਈ ਹੈ। ਇਹਦੇ ਮੰਡੀ ਨਹੀਂ ਬਣੀ ਸੀ ਕਾਂਗਰਸ ਪਾਰਟੀ ਤੋਂ ਨਾ ਹੋਰ ਕਿਸੇ ਪਾਰਟੀ ਤੋਂ। ਤਸਵੀਰ ਕਿਸੇ ਤੋਂ ਹੋਰ ਨਹੀਂ ਬਣੀ ਸੀ। ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਬਣਾਈ ਹੈ। ਜਿੰਨੀ ਡਿਵੈਲਪਮੈਂਟ ਬਾਗੇਪਰਾਇਂ ਦੇ ਵਿੱਚ ਹੋਈ ਹੈ ਪਿੰਡੂ ਸੜਕਾਂ ਬਣੀਆਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਮੈਂਬਰ ਪਾਰਲੀਮੈਂਟ ਸੀ। ਉਦੋਂ ਡਿਵੈਲਪਮੈਂਟ ਹੈ ਜਿਹੜੀ ਹਲਕੇ ਬਾਗੇਪਰਾਇਂ ਦੀ ਹੋਈ। ਇਸ ਕਰਕੇ ਮੈਂ ਮਾਸਟਰ ਜੀ ਨੂੰ ਦੱਸਣਾ ਚਾਹਣਾ ਕਿ ਤੁਸੀਂ ਹੋਣੀ ਕਈ ਬਾਲਟੀਆਂ ਬਦਲਤੀਆਂ ਤੇ ਤੁਹਾਡੀ ਮਿਲੀ ਭੁਗਤ ਕਾਂਗਰਸ ਨਾਲ ਥੋੜਾ ਸਿਫਾ ਵੀ ਮਨਜ਼ੂਰ ਨਹੀਂ ਹੋਇਆ ਜੀ ਦਿੱਤਾ ਹੀ ਜੋ ਖੈਰੇ ਨਾਲ ਰਲੇ ਸੀ ਤੇ ਤੁਹਾਡੀ ਇੱਥੋਂ ਪਾਰਲੀਮੈਂਟ ਦੇ ਵਿੱਚ ਜਮਾਨਤ ਜਬਤ ਹੋਈ ਹੈ ਜੀ ਤੇ ਤੁਸੀਂ ਗੱਲਾਂ ਕਰਦੇ ਹੋ ਸਰਦਾਰ ਸੁਖਬੀਰ ਸਿੰਘ ਦੀ ਬਾਲਦੀਆਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵਿਕਾਸ ਦੇ ਮਸੀਹਾ ਉਹਨਾਂ ਨੇ ਜਿੰਨੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਾਈ ਹੈ ਤੇ ਸ਼ੌਂਕ ਨੂੰ ਡਿਵੈਲਪਮੈਂਟ ਕਰਾਉਣ ਦਾ ਉਹ ਮੈਂ ਸਮਝਦਾ ਕਿ ਉਹਦੀ ਕੋਈ ਰੀਸ ਨਹੀਂ ਕਰ ਸਕਦਾ ਉਹਨਾਂ ਨੇ ਕਹਿਣੀ ਤੇ ਕਰਨੀ ਦੇ ਪੂਰੇ ਆ ਜੋ ਕੁਝ ਅਜੇ ਤੱਕ ਸਰਦਾਰ ਸੁਖੀਰ ਸਿੰਘ ਬਾਦਲ ਨੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਉਹ ਕਰਕੇ ਦਿਖਾਇਆ ਤੇ ਮੈਂ ਮਾਸਟਰ ਜੀ ਨੂੰ ਕਹਿਣਾ ਚਾਹਣਾ ਕਿ ਮਾਸਟਰ ਬਲਦੇਵ ਸਿੰਘ ਜੀ ਮਾਸਟਰ ਇੱਕ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਹੁੰਦੇ ਆ ਲੋਕਾਂ ਨੂੰ ਲੋਕਾਂ ਦੀ ਸੁੱਖ ਮਨਾਉਣ ਵਾਸਤੇ ਹੁੰਦੇ ਆ ਤੇ ਤੁਸੀਂ ਮਾਸਟਰ ਹੋ ਕੇ ਆਪਣੇ ਨਾਂ ਦੇ ਮੂਰੇ ਮਾਸਟਰ ਲਾਉਣੇ ਹੋ ਤੇ ਇਹ ਜਿਹੜੀਆਂ ਨਖਿੱਧ ਗੱਲਾਂ ਕਰਦੇ ਆ ਤੇ ਇਹਦੋਂ ਨਖਿੱਧੀ ਵਾਲੀ ਗੱਲ ਕੋਈ ਨਹੀਂ ਇਹਦੋਂ ਨਕਮੀ ਗੱਲ ਕੋਈ ਨਹੀਂ ਕਿ ਤੁਸੀਂ ਕਿਸੇ ਦੇ ਭਲੇ ਦੀ ਗੱਲ ਕਰਨ ਵਾਲੇ ਲੋਕ ਹੋ ਤੇ ਤੁਸੀਂ ਬੁਰੇ ਦੀਆਂ ਗੱਲਾਂ ਕਰਦੇ ਹੋ ਤੇ ਮੈਂ ਇਹ ਵੀ ਇਹਨਾਂ ਜੂਨੀਅਰਾਂ ਨੂੰ ਕਹਿਣਾ ਚਾਹੁੰਦਾ ਟੀਚਰ ਜੂਨੀਅਰਾਂ ਨੂੰ ਕਿ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਇਹਨਾਂ ਨੂੰ ਆਪਣੇ ਨਾਲੋਂ ਨਾਤਾ ਤੋੜਨਾ ਚਾਹੀਦਾ ਕਿ ਉਹੋ ਜਿਹੇ ਲੋਕ ਇਹੋ ਜਿਹੀਆਂ ਰੈਲੀਆਂ ਤੇ ਗੱਲਾਂ ਕਰਨ ਤੇ ਇਹਦੂੰ ਮਾੜੀ ਗੱਲ ਕਹਣਾ ਗੱਲ ਨਹੀਂ ਹੋ ਸਕਦੀ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀਆਂ ਸੁੱਖਾਂ ਮਨਾਉਣ ਵਾਲੇ ਬਹੁਤ ਲੋਕ ਨੇ ਬਹੁਤ ਕਹਿੰਦੇ ਨੇ ਕਿ ਪੰਜਾਬ ਦੀ ਵਗਡੋਰ ਆ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਥ ਦੇ ਵਿੱਚ ਦੇਣੀ ਹੈ ਤੇ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਕਰੇ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰੇ ਤੇ ਅੱਜ ਸਾਡੀ ਜਨਾਲੇ ਦੇ ਵਿੱਚ ਬਹੁਤ ਵੱਡੀ ਰੈਲੀ ਜਿਹੜੀ ਹੋ ਚੁੱਕੀ ਹੈ ਇਹ ਤੋਂ ਪਹਿਲਾਂ ਖੇਮ ਕਰਨ ਵਿੱਚ ਹੋਈ ਸੀ ਜਲਾਲਾਬਾਦ ਵਿੱਚ ਹੋਈ ਸੀ ਬਹੁਤ ਵੱਡੇ ਇਕੱਠ ਆ ਜਿਹੜੇ ਉਹਨਾਂ ਰੈਲੀਆਂ 'ਚ ਹੋ ਰਿਹਾ ਹੈ ਉਹ ਮਿਸਾਲ ਆਉਣ ਵਾਲੇ ਸਮੇਂ ਦੀ ਕਿ 2022 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾ ਰਹੀ ਜੀ ਮੇਰਾ ਲਾਸਟ ਸਵਾਲ ਹੈ ਇੰਟਰਵਿਊ ਵੀ ਆਪਣੀ ਲੰਬੀ ਹੋ ਗਈ ਹੈ ਦਿੱਲੀ ਵਿੱਚ ਗੁਰਦੁਆਰਾ ਕਮਿਸ਼ਨ ਨੇ ਜਿਹੜਾ ਹੈਗਾ ਸ਼੍ਰੋਮਣੀ ਕਾਲੀ ਦਲ ਨੂੰ ਕਹਤਾ ਵੀ ਜਿਹੜਾ ਐਸਜੀ ਦਿੱਲੀ ਕਮੇਟੀ ਦੀਆਂ ਚੋਣਾਂ ਹੈ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨਹੀਂ ਪਾਰਟੀ ਸਿਵਲ ਤੇ ਨਹੀਂ ਲੜ ਸਕੂਗੀ ਪਰ ਉਹਦੇ ਨਾਲ ਸੁਖਵੀਰ ਜੀ ਦਾ ਵੀ ਅੱਜ ਮਤਲਬ ਕੋਈ ਟਵਿੱਟਰ ਆ ਗਿਆ ਹੈ ਕੀ ਕਹਿਣਾ ਚਾਹੋਗੇ ਇਸ ਗੱਲ ਬਾਰੇ ਉਹਦੇ ਵਿੱਚ ਆਵਾਦ ਪਾਰਟੀ ਦਾ ਚਿਹਰਾ ਇਹ ਨੰਗਾ ਹੋਇਆ ਕਿ ਬੀਜੇਪੀ ਨਾਲ ਰਲਈ ਹੋਈ ਹੈ ਜੀ ਬੀਜੇਪੀ ਵੀ ਇਹ ਚਾਹੁੰਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਨੇ ਪਾਰਟੀ ਜਿਹੜੀ ਐਸਾ ਨਾਮ ਲੈ ਸਕੇ ਤੇ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਜੀ ਕਿ ਐਸਾ ਨਾਮ ਲੈ ਸਕਣ ਪਰ ਮਾਨਯੋਗ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਹ ਦਿੱਤੀ ਕੱਲ ਹੀ ਉਹਨਾਂ ਨੇ ਉਹਤੇ ਸਟੇ ਕਰ ਦਿੱਤਾ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਥਿੰਬਲਾ ਬਾਲਟੀ ਉਹਨੂੰ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹਿੱਸਾ ਲਵੇਗਾ ਚੋਣਾਂ ਦੇ ਵਿੱਚ ਬਾਲਟੀ ਨਿਸ਼ਾਨਾ ਜਿਹੜਾ ਉਹਨਾਂ ਦਾ ਉਹਦੇ ਤੇ ਸਾਡੇ ਕੈਂਡੀਡੇਟ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਇਲੈਕਸ਼ਨ ਲੜਨਗੇ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਸਰਸਾ ਸਾਹਿਬ ਨੇ ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੇ ਕੰਮ ਕੀਤੇ ਤੇ ਬਹੁਤ ਵੱਡੀ ਜਿੱਤ ਆ ਜਿਹੜੀ ਉੱਥੇ ਹੋਣੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਦੀ ਇਸ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਸਣੇ ਜੀਕੇ ਸਾਹਿਬ ਸਣੇ ਦੂਜੇ ਤੀਜੇ ਉਹ ਸਾਰੇ ਇਸ ਗੱਲ ਤੇ ਆ ਕਿ ਸਰਸਾ ਸਾਹਿਬ ਨੇ ਜਿੰਨੇ ਕਿਸਾਨਾਂ ਦੇ ਪਰਚੇ ਦਰਜ ਹੋਏ ਸੀ ਦਿੱਲੀ ਦੇ ਵਿੱਚ ਜਿਨਨੇ ਤਿਹਾਰ ਜੇਲ ਦੇ ਵਿੱਚ ਸੀ ਤੇ ਉਹ ਤਿਹਾਰ ਜੇਲ ਦੇ ਵਿੱਚ ਤਸ਼ੱਦਦ ਵੀ ਹੋਇਆ ਤੇ ਉਹ ਤਿਹਾਰ ਜੇਲ ਆ ਉਹ ਕੇਜਰੀਵਾਲ ਸਾਹਿਬ ਦੇ ਅੰਡਰ ਆਉਂਦੀ ਹੈ ਤੇ ਉਥੇ ਜਿਹੜਾ ਤਸ਼ੱਦਦ ਹੋਇਆ ਕਿਹਦੇ ਹੁਕਮਣਾ ਹੋਇਆ ਉਹ ਕੇਜਰੀਵਾਲ ਸਾਹਿਬ ਦੇ ਹੁਕਮਣਾ ਹੋਇਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੈਨਲ ਵਕੀਲਾਂ ਦਾ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਜ਼ਮਾਨਤਾਂ ਕਰਾਈਆਂ ਉਥੇ ਕੇਜਰੀਵਾਲ ਦੇ ਜਿਹੜੇ ਸਰਕਾਰੀ ਵਕੀਲ ਆ ਜਿਹੜੇ ਇਹਦੇ ਅੰਡਰ ਆਉਂਦੇ ਆ ਉਹਨਾਂ ਨੇ ਜ਼ਮਾਨਤਾਂ ਦੀ ਰੋਕ ਵਾਸਤੇ ਉਥੇ ਖੜੇ ਹੋਏ ਬਰਾਬਰ ਜਾ ਕੇ ਕਿਆ ਕਿ ਜਮਾਨਤਾ ਨਹੀਂ ਹੋਣੀਆਂ ਚਾਹੀਦੀਆਂ ਜੀ ਤੇ ਇੱਕ ਪਾਸੇ ਸ਼ਰਸਾ ਸਾਹਿਬ ਨੇ ਸ਼ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਸ਼ਰੋਮਣੀ ਕਾਲੀ ਦਲ ਨੇ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਨੇ ਉਹਨਾਂ ਦੀ ਮਦਦ ਕਰਕੇ ਉਹਨਾਂ ਦੀ ਜਮਾਨਤਾ ਕਰਾ ਕੇ ਉਹਨਾਂ ਨੂੰ ਘਰ ਤੱਕ ਪਹੁੰਚਦੇ ਕੀਤਾ ਤਾਂ ਕਰਕੇ ਸਾਰੇ ਇੱਕ ਬਰਾਏ ਆ ਕਿ ਇੱਕ ਹਸਪਤਾਲ ਆ ਉਹ ਤੇ ਬਹੁਤ ਵੱਡਾ ਜਿਹੜਾ ਜਿੱਥੇ ਕੈਸ਼ ਕਾਊਂਟਰ ਹੀ ਹੈ ਨਹੀਂ ਤੇ ਉਹ ਲੋਕਾਂ ਦੇ ਸਪੁਰਦਾ ਜਿਹੜਾ ਸ਼ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਕੀਤਾ ਮੈਂ ਸਮਝਦਾ ਕਿ ਏਡੇ ਏਡੇ ਵੱਡੇ ਕੰਮ ਜਿਹੜੇ ਸ਼੍ਰੋਮਣੀ ਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਿੱਲੀ ਨੇ ਜਿਹੜੇ ਉੱਥੇ ਵੱਡੇ ਵੱਡੇ ਕੰਮ ਕੀਤੇ ਉਹਦੇ ਵਿੱਚ ਇਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੀ ਬਹੁਤ ਵੱਡੀ ਜਿੱਤ ਆ ਜਿਹੜੀ ਉਹ ਦੀਦੀ ਅੱਗੇ ਤਾਂ ਕਰਕੇ ਸਾਰੇ ਇਹ ਘਣਾਉਣੇ ਜਿਹੜੇ ਕੰਮ ਆ ਉਹ ਕਰ ਰਹੇ ਜੀ ਸੋ ਇਹ ਸਨ ਜਥੇਦਾਰ ਤੀਰਤ ਸਿੰਘ ਮੱਲਾ ਜਿਨ੍ਹਾਂ ਨਾਲ ਆਪਾਂ ਸਿਆਸਤ ਤੇ ਪਰਿਵਾਰਾਂ ਤੇ ਸਮਾਜ ਤੇ ਤੇ ਹਰ ਤਰ੍ਹਾਂ ਦੀਆਂ ਵਿਚਾਰਾਂ ਤੁਹਾਡੇ ਨਾਲ ਸਾਂਝ ਪਵਾਈਆਂ ਇਹਨਾਂ ਵਿਚਾਰਾਂ ਦੀ ਸਜੋਗੀ ਸੰਜੀਵਤ ਮੀਦਾ ਦੇ ਨਾਲ ਪ੍ਰਗਟ ਸਿੰਘ ਰਾਜਿਆਣਾ ਪੰਜਾਬ ਟੈਨ ਨਿਊਜ਼ ਟੀਵੀ ਮਾਲਾ ਕਲਾਂ ਮੋਗਾ